ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਦਿੱਲੀ ਅਮਰਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅਮਰਤਸਰ ਹਵਾਈ ਅੱਡੇ ਦਾ ਸਫਰ ਕੇਵਲ 1380 ਰੁਪਏ ਦੇ ਵਿੱਚ ਜਨਰਲ ਮੈਨੇਜਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ ਸ਼ੁਰੂ ਕਰਨ ਦੇ ਨਾਲ ਆਮ ਲੋਕਾਂ ਨੂੰ ਬੱਸਾਂ ਦੇ ਕਿਰਾਏ ਤੋਂ ਕਾफी ਬਚਤ ਹੋਵੇਗੀ ਇਸ ਦੇ ਨਾਲ ਨਾਲ ਟਰਾਂਸਪੋਰਟ ਮਾਫੀਆ ਵੀ ਖਤਮ ਹੋਵੇਗਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਸਿੰਘ ਗਿੱਲ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਦੋਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ 에ਰਪੋਰਟ ਲਈ ਰੋਡਵੇਜ ਅੰਮ੍ਰਿਤਸਰ ਇੱਕ ਦੀ ਬੱਸ ਸਵੇਰੇ 9:20 ਤੋਂ ਜਲੰਧਰ ਤੋਂ 11:40 ਤੇ ਚੱਲ ਕੇ ਰਾਤ 20:10 ਤੇ ਦਿੱਲੀ 에ਰਪੋਰਟ ਵਿੱਚ ਪੁੱਜੇਗੀ ਸਵੇਰੇ 2:40 ਤੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਸ ਹੋਵੇਗੀ ਉਹਨਾਂ ਨੇ ਦੱਸਿਆ ਕਿ ਪੰਜਾਬ ਰੋਡ ਜ ਅੰਮ੍ਰਿਤਸਰ 2 ਦੀ ਬੱਸ ਦੁਪਹਿਰ 13:40 ਤੋਂ ਅੰਮ੍ਰਿਤਸਰ ਤੋਂ 16:20 ਤੋਂ ਜਲੰਧਰ ਤੇ ਤੇ ਰਾਤ 35 ਮਿੰਟ ਤੇ ਦਿੱਲੀ 에ਰਪੋਰਟ ਪੁੱਜੇਗੀ ਤੇ ਸਵੇਰੇ 5:00 ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਸ ਸਰਵਾਨਾ ਹੋਵੇਗੀ ਆਪਣੇ ਚਹੇਤਿਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਸੀਐਮ ਪ੍ਰਭਾਵਸ਼ਾਲੀ ਤੇ ਸਿਆਸੀ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਰਿਸ਼ਤੇਦਾਰਾਂ ਵਿਚਾਲੇ ਨੌਕਰੀਆਂ ਬਰਬਾਦ ਕਰਨ ਦੇ ਮਾਮਲੇ 'ਤੇ ਜਲਦੀ ਵੱਡੀ ਕਾਰਵਾਈ ਹੋ ਸਕਦੀ ਹੈ ਸਰਕਾਰੀ ਨੌਕਰੀਆਂ ਨਾਲ ਝਾਲੀ ਡਿਗਰੀਆਂ ਲੈ ਕੇ ਬੈਠੇ ਪ੍ਰਭਾਵਸ਼ਾਲੀ ਅਤੇ ਸਿਆਸੀ ਲੋਕਾਂ ਦੇ ਰਿਸ਼ਤੇਦਾਰ ਟਵਿੱਟਰ 'ਤੇ ਕਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਐਕਸ਼ਨ ਦੀ ਤਿਆਰੀ ਚੁਣੇ ਸਿਆਸੀ ਪੱਖ ਤੋਂ ਕੁਝ ਪ੍ਰਭਾਵਸ਼ਾਲੀ ਤੇ ਤਗੜੇ ਲੋਕਾਂ ਨੂੰ ਸਿਆਚਕਾਰੀ ਨੌਕਰੀਆਂ ਦੇਣ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਚ ਆਇਆ ਜਿਸ ਤੋਂ ਬਾਅਦ ਸੀਐਮਓ ਨੇ ਇਸ ਮਾਮਲੇ ਨੂੰ ਲੈ ਕੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਇਹਨਾਂ ਲੋਕਾਂ ਤੋਂ ਨੌਕਰੀਆਂ ਹਾਸਲ ਕਰਨ ਦੇ ਤਰੀਕਿਆਂ ਬਾਰੇ ਜਵਾਬ ਮੰਗਿਆ ਜਾਵੇਗਾ ਇਹ ਨੌਕਰੀਆਂ ਗਵਾ ਕੇ ਸਲਾਖਾਂ ਪਿੱਛੇ ਜਾ ਸਕਦੇ ਨੇ ਮੁੱਖ ਮੰਤਰੀ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅਜੇ ਇਹ ਲੋਕਾਂ ਦੀ ਸੂਚੀ ਤਿਆਰ ਕੀਤੀ ਜਾਵੇ ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾਵੇ ਇਸ ਬਾਰੇ ਟਵੀਟ ਕਰਦੇ ਹੋਏ ਸੀਐਮ ਦੇ ਟਵੀਟ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚ ਗਈ ਆ ਇਸ ਬਾਰੇ ਟਵੀਟ ਕਰਕੇ ਇਸ ਮਾਮਲੇ ਨੂੰ ਜਨਤਕ ਕਰਕੇ ਖੁਦ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਿਛਲੀਆਂ ਸਰਕਾਰਾਂ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਚੇਤਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬੇਰੋਜ਼ਗਾਰਾਂ ਨੂੰ ਮਿਲੇਗਾ ਮੌਕਾ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਵੱਡੇ ਬਾਦਲ ਹੋਏ ਪ੍ਰਾਈਵੇਟ ਹਸਪਤਾਲ ਚੋਂ ਦਾਖਲ ਹੋ ਰਹੇ ਨੇ ਟੈਸਟ ਸੋ ਬਿਗ ਬ੍ਰੇਕਿੰਗ ਨਿਊਜ਼ ਆ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਤ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋਏ ਨੇ ਜਿੱਥੇ ਉਹਨਾਂ ਦਾ ਜਨਰਲ ਚੈੱਕਅਪ ਕੀਤਾ ਜਾ ਰਿਹਾ ਤੇ ਵੱਖ-ਵੱਖ ਟੈਸਟ ਕੀਤੇ ਜਾ ਰਹੇ ਨੇ ਬਾਦਲ ਪਰਿਵਾਰ ਦੇ ਇੱਕ ਨਜ਼ਦੀਕੀ ਦਾ ਕਹਿਣਾ ਹੈ ਕਿ ਸਿਰਫ ਪੈਰਾਮੈਟਰਸ ਚੈੱਕ ਕਰਨ ਲਈ ਉਹ ਦਾਖਲ ਹੋਏ ਨੇ ਕੋਈ ਵਿਸ਼ੇਸ਼ ਤਕਲੀਫ ਨਹੀਂ ਚੇਤੇ ਰਹਿ ਗਈ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਹੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਖਲ ਹੋਏ ਸਨ ਖਬਰ ਮਲੇਰਕੋਟਲਾ ਤੋਂ ਜਿੱਥੇ ਸਿਮਰਨਜੀਤ ਸਿੰਘ ਮਾਨ ਦਾ ਪਿਆ ਪੁਲਿਸ ਦੇ ਨਾਲ ਪੰਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਣ ਮੁਸਲਮ ਪਾਈਚਾਰੇ ਵੱਲੋਂ ਮਲੇਰਕੋਡਲਾ ਵਿੱਚ ਰੋਸ ਤਰਨੇ 'ਚ ਸ਼ਾਮਲ ਹੋਣ ਲਈ ਪਹੁੰਚੇ ਮੁਸਲਮਾਨ ਪਾਈਚਾਰੇ ਵੱਲੋਂ ਇਹ ਰੋਸ ਪ੍ਰਦਰਸ਼ਨ ਭਾਜਪਾ ਲੀਡਰ ਵੱਲੋਂ ਹਾਜ਼ਰਤ ਮੁਹੰਮਦ ਸਾਹਿਬਾਰੇ ਗਲਤ ਸ਼ਬਦਾਵਲੀ ਬੋਲਣ ਦੇ ਖਿਲਾਫ ਦਿੱਤਾ ਜਾ ਰਿਹਾ ਸੀ ਤਰਨੇ ਦੇ ਵਿੱਚ ਸ਼ਾਮਲ ਹੋਣ ਲਈ ਸਿਮਰਨਜੀਤ ਸਿੰਘ ਮਾਣ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਤਰਨੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਸਿਮਰਨਜੀਤ ਸਿੰਘ ਮਾਣ ਪੁਲਿਸ ਪਾਈਚਾਰੇ ਦੇ ਹੱਕਾਂ ਵਾਸਤੇ ਪੁਲਿਸ ਨਾਲ ਲੜ ਗਿਆ ਤੇ ਮੁਸਲਮਾਨ ਭਾਈਚਾਰਾ ਵੀ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਰੇ ਮਾਰਨ ਲੱਗਾ ਮਾਹੌਲ ਗਰਮ ਹੋ ਕੇ ਪੁਲਿਸ ਨੇ ਉਹਨਾਂ ਨੂੰ ਧਰਨੇ ਵਾਲੀ ਜਗ੍ਹਾ ਤੇ ਜਾਣ ਦਿੱਤਾ ਗਮਗੀਨ ਮਾਹੌਲ ਦੇ ਵਿੱਚ ਮਨਾਇਆ ਗਿਆ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਪਿਛਲੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਮੂਸੇਵਾਲੇ ਦਾ ਜਨਮ ਦਿਨ ਕੱਲ ਮਨਾਇਆ ਗਿਆ ਸੋ ਪੂਰੇ ਮੂਸਾਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਅੱਜ ਉਹਨਾਂ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਜਾਵੇਗਾ ਹਰ ਸਾਲ ਸਿੱਧੂ ਮੂਸੇਵਾਲਾ ਦੇ ਫੈਨ ਵੱਡੀ ਗਿਣਤੀ ਵਿੱਚ ਉਹਨਾਂ ਦੇ ਕਰਕੇ ਇੱਕ ਲੈ ਕੇ ਪਹੁੰਚਦੇ ਨੇ ਜਸ਼ਨ ਮਨਾਇਆ ਜਾਂਦਾ ਸਿੱਧੂ ਮੂਸੇਵਾਲਾ ਆਪਣੇ ਪ੍ਰਸ਼ੰਸਕਾਂ ਵੱਲੋਂ ਲਿਆਂਦੇਗੇ ਕੇਕਾਂ ਨੂੰ ਖੁਦ ਕੱਟਦੇ ਹਨ ਪਰ ਇਸ ਵਾਰ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਅੱਜ ਸਾਡੇ ਵਿੱਚਕਾਰ ਕੇਕ ਕੱਟਣ ਵਾਲਾ ਨਹੀਂ ਸੀ ਪੰਜਾਬ ਦੀਆਂ ਸੜਕਾਂ ਤੋਂ ਕਿਵੇਂ ਹੋਈ ਹਰਿਆਲੀ ਖਤਮ ਆਕਰ ਸੜਕਾਂ ਤੇ ਕਿਉਂ ਜ਼ਰੂਰੀ ਨੇ ਦਰਖਤ ਵਿਕਾਸ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ ਜਾਰੀ ਹੈ ਸੜਕਾ ਬਣਾਉਣ ਦੇ ਚੱਕਰ ਵਿੱਚ ਦਰਖਤਾਂ ਦੀ ਧੜਾ ਧੜ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਨਤੀਜਾ ਇਹ ਹੈ ਨਿਕਲ ਰਿਹਾ ਕਿ ਤਪਸ਼ ਇੰਨੀ ਜ਼ਿਆਦੀ ਵੱਧ ਚੁੱਕੀ ਆ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ ਪੰਜਾਬ ਦੀਆਂ ਸੜਕਾਂ ਦੇ ਦੂਰ ਦੂਰ ਤੱਕ ਕੋਈ ਦਰਖਤ ਦਿਖਾਏ ਨਹੀਂ ਦਿੰਦਾ ਕਿਉਂਕਿ ਵਿਕਾਸ ਦੇ ਨਾਂ ਉਤੇ ਦਰਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਦਰਖਤਾਂ ਦੀ ਕਟਾਈ ਨੂੰ ਰੋਕਿਆ ਨਹੀਂ ਜਾ ਸਕਦਾ ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀਆਂ ਸੜਕਾਂ ਦੇ ਕਿਨਾਰੇ ਉੱਚ-ਉੱਚ ਦੇ ਸੰਘਣੇ ਦਰਖਤ ਹੁੰਦੇ ਸੀ ਇਹ ਦਰਖਤ ਨਾ ਤਾਂ ਸਿਰਫ ਵਾਤਾਵਰਨ ਨੂੰ ਸਾਫ਼ ਰੱਖਦੇ ਸਨ ਇਸ ਦੇ ਨਾਲ ਸੜਕਾਂ ਦੇ ਉੱਪਰ ਆਉਣ ਜਾਣ ਵਾਲਿਆ ਰਾਹਗੀਰਾਂ ਨੂੰ ਠੰਡੀ ਛਾਂ ਵੀ ਦਿੰਦੇ ਸਨ ਪਰ ਪੰਜਾਬ ਦੀਆਂ ਇਨ੍ਹਾਂ ਸੜਕਾਂ ਦੇ ਉੱਪਰ ਅੱਜ ਕਈ-ਕਈ ਕਿਲੋਮੀਟਰਾਂ ਤੱਕ ਦਰਖਤ ਨਜ਼ਰ ਨਹੀਂ ਆਉਂਦੇ ਆਖਰ ਕਿਉਂ ਇਹਨਾਂ ਨੂੰ ਕਿਉਂ ਕੱਟਿਆ ਗਿਆ ਇਸ ਬਾਰੇ ਕੋਈ ਕਾਨੂੰਨੀ ਚਾਰੋਜਾਈ ਨਹੀਂ ਹੈ ਕਦੇ ਹਜ਼ਾਰਾਂ ਦਰਖਤਾਂ ਦੇ ਨਾਲ ਹਰੀਆਂ-ਪਰੀਆਂ ਸੜਕਾਂ ਦਿਖਾਈ ਦਿੰਦੀਆਂ ਸਨ ਇਹੇ ਦਰਖਤ ਵਾਤਾਵਰਨ ਨੂੰ ਠੰਡਾ ਰੱਖਣ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਵੀ ਸੋਖਦੇ ਸਨ ਪੰਜਾਬ ਦੀਆਂ ਸੜਕਾਂ ਤੋਂ ਹਰਿਆਲੀ ਖਤਮ ਹੋ ਚੁੱਕੀ ਹੈ ਜੀ ਸੜਕਾਂ 'ਤੇ ਚੱਲਦੇ ਛੋਟੇ ਕਾਰੋਬਾਰ ਵੀ ਖਤਮ ਹੋ ਗਏ ਨੇ। ਬਿਆਸ ਅਸਲਾ ਡਿੱਪੂ ਦੇ 1000 ਮੀਟਰ ਦੇ ਰੇਦੀ ਨਹੀਂ ਹੋਈ ਕਾਰਵਾਈ ਨਿਸ਼ਾਨਦੇਹੀ ਲਈ ਹਾਈ ਕੋਰਟ ਨੇ ਦਿੱਤੇ ਆਦੇਸ਼ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ। ਗੋਲਾ ਬਰੂਦ ਡਿੱਪੂ ਬਿਆਸ ਦੇ ਨਾਲ ਲੱਗਦੀ ਡੇਰਾ ਬਿਆਸ ਦੀ ਕੰਧ ਤੋਂ ਹੋਰ ਸਾਰੀਆਂ ਜੋ 1000 ਮੀਟਰ ਦੇ ਘੇਰੇ ਵਿੱਚ ਆਉਂਦੀਆਂ ਹਨ ਦੀ ਨਿਸ਼ਾਨਦੇਹੀ ਕਰਕੇ ਹਟਾਉਣ ਦੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ आदेश ਦੇ ਉੱਤੇ ਨੇ ਜੋ ਡੇਰਾ ਰਾਧਾ ਸਵਾਮੀ ਦੇ ਵੱਡੀ ਗਿਣਤੀ ਵਿੱਚ ਸਰਦਾਲਾਂ ਨੇ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ ਨਿਸ਼ਾਨਦੇਹੀ ਨਹੀਂ ਹੋ ਸਕੀ ਹਾਈ ਕੋਰਟ ਨੂੰ ਸਿਵਲ ਰੈਟ ਪਟੀਸ਼ਨ ਸੰਬੰਧੀ ਗੋਲਾਵ੍ਰੋਧ ਡਿਪੂ ਬਿਆਸ ਦੇ ਨਾਮ ਲੱਗਦੇ 100 ਹਜ਼ਾਰ ਮੀਟਰ ਦੇ ਘੇਰੇ ਵਿੱਚ ਆਉਂਦੀ ਡੇਰਾ ਰਾਧਾ ਸਵਾਮੀ ਬਿਆਸ ਦੀ ਕੰਧ ਤੇ ਹੋਰ ਉਸਾਰੀਆਂ ਦੀ ਸਨੈਚਰਵਾਰ ਨੂੰ ਨਿਸ਼ਾਨਦੇਹੀ ਕਰਕੇ ਉਸ ਉੱਪਰ ਡੀਸੀ ਨੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਪਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਮਾਲ ਵਿਭਾਗ ਅਧਿਕਾਰੀ ਭਾਰੀ ਪੁਲਿਸ ਫੋਰਸ ਲੈ ਕੇ ਉੱਥੇ ਪੁੱਜੇ ਸਨ ਜਿਸ ਵਕਤ ਆਰਮੀ ਡਿਪੂ ਬਿਆਸ ਦੇ ਆਰਮੀ ਅਫਸਰਾਂ ਨਾਲ ਸਲਾਮ ਮਸ਼ਵਰਾ ਕਰਨ ਲਈ ਅੰਦਰ ਗਏ ਸਨ ਵੱਡੀ ਗਿਣਤੀ ਵਿੱਚ ਡੇਰਾ ਸਰਦਾਲੂ ਤੇ ਕੁਝ ਹੋਰ ਲੋਕਾਂ ਨੇ ਅਸਲਾ ਡਿਪੂ ਬਿਆਸ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਅਗਲੇ 2 ਤੋਂ 3 ਦਿਨਾਂ ਵਿੱਚ ਇਹਨਾਂ ਸੂਬਿਆਂ 'ਚ ਮਾਨਸੂਨ ਸੁੱਖ ਦੇਵੇ ਦੀ 10 ਤੱਕ ਕਿਵੇਂ ਦਾ ਰਹੇਗਾ ਮੌਸਮ ਦਿੱਲੀ ਯੂਪੀ ਸਮੇਤ ਭਿਆਨਕ ਗਰਮੀ ਦੇ ਨਾਲ ਜੂਝ ਰਹੇ ਉੱਤਰੀ ਭਾਰਤ ਦੇ ਰਾਜ ਇੰਨੀ ਦਿਨੀ ਮਾਨਸੂਨ ਦਾ ਬੇਸਬਰੀ ਦੇ ਨਾਲ ਕਰ ਰਹੇ ਨੇ ਇੰਤਜ਼ਾਰ ਇਸ ਦੌਰਾਨ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਵੱਡੀ ਖੁਸ਼ਖਬਰੀ ਦਿੱਤੀ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣ ਪੱਛਮੀ ਮਾਨਸੂਨ ਮਹਾਰਦਰਭ ਸਾਗਰ ਪੂਰਬੀ ਗੋਆ ਕੋਕਣ ਦੇ ਕੁਝ ਹਿੱਸਿਆਂ ਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ ਮੌਸਮ ਵਿਭਾਗ ਦੀ ਮੰਨੀਏ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਬਿਹਾਰ ਛਾਰਖੰਡ ਦੇ ਖੇਤਰਾਂ ਵਿੱਚ 2 ਦਿਨਾਂ ਤੱਕ ਗਰਮੀ ਦਾ ਕਹਿਰ ਰਹੇਗਾ ਉਸ ਤੋਂ ਬਾਅਦ ਭਾਰੀ ਮੀਂਹ ਪੈ ਸਕਦਾ ਹੈ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦਾ ਕੀਤਾ ਬਾਈਕਾਟ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਖਿਲਾਫ ਇਕਜੁੱਟ ਹੋਏ ਸੂਬੇਪਰ ਦੇ ਸ਼ਰਾਬ ਠੇਕੇਦਾਰਾਂ ਨੇ ਨਵੀਂ ਆਬਕਾਰੀ ਨੀਤੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਲੁਧਿਆਣਾ ਅਤੇ ਜਲੰਧਰ ਬਾਈਪਾਸ ਨੇੜੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ ਸੂਬੇਪਰ ਦੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਸ਼ਰਾਬ ਠੇਕੇਦਾਰਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਜੋ ਕੰਮ ਹੋਣਾ ਚਾਹੀਦਾ ਉਹ ਨਹੀਂ ਕਰ ਰਹੀ ਸਿਰਫ ਸ਼ਰਾਬ ਸਸਤੀ ਕਰਨ ਤੇ ਜ਼ੋਰ ਦਿੰਦਾ ਇਸ ਨਾਲ ਉਹਨਾਂ ਨੂੰ ਕਟਾ ਹੋਵੇਗਾ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਮਹਿੰਗੇ ਰੇਟ ਤੇ ਸ਼ਤਾਬ ਦਾ ਸਟਾਕ ਕੀਤਾ ਇਸ ਤਰ੍ਹਾਂ ਸਰਕਾਰ ਵੱਲੋਂ ਲਾਟਰੀ ਸਿਸਟਮ ਬੰਦ ਕਰਕੇ ਟੈਂਡਰ ਸਿਸਟਮ ਲਾਗੂ ਕੀਤਾ ਜਾ ਰਿਹਾ ਜੋ ਕਿ ਗਲਤ ਹੈ ਜਿਸ ਦੇ ਨਾਲ ਛੋਟੇ ਠੇਕੇਦਾਰ ਖਤਮ ਹੋ ਜਾਣਗੇ ਸਰਕਾਰ ਲੋਕਲ ਪੱਧਰ ਤੇ ਐਲ 1 ਲਾਇਸੈਂਸ ਵੀ ਬੰਦ ਕਰ ਦਿੱਤਾ ਜਿਸ ਨਾਲ ਹੁਣ ਵੱਡੇ ਠੇਕੇਦਾਰਾਂ ਦੀ ਮਨਮਰਜ਼ੀ ਚੱਲੇਗੀ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ ਸੀਐਮ ਭਗਵੰਤ ਮਾਨ ਨਾਲ ਦਿੱਲੀ 에ਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਚੰਡੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜੂਨ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਕਾਰੀ ਬੋਲਵੋ ਬੱਸਾਂ ਨੂੰ ਹਰੀ ਚੰਡੀ ਦੇ ਕੇ ਦਿੱਲੀ 에ਰਪੋਰਟ ਲਈ ਰਵਾਨਾ ਕਰਨਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜੂਨ ਨੂੰ ਪੰਜਾਬ ਤੋਂ ਨਵੀਂ ਦਿੱਲੀ ਲਈ ਸ਼ਾਨਦਾਰ ਵੋਲਵੋ ਬੱਸਾਂ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕਰਨਗੇ ਤਾਂ ਜੋ ਇੱਕ ਪ੍ਰਮੁੱਖ ਰਾਜਨੀਤਿਕ ਪਰਿਵਾਰ ਦੀ ਮਾਲਕੀ ਵਾਲੀਆਂ ਟਰਾਂਸਪੋਰਟ ਕੰਪਨੀਆਂ ਦੇ ਇਕਾਧਿਕਾਰ ਨੂੰ ਖਤਮ ਕੀਤਾ ਜਾ ਸਕੇ ਇਹ ਪ੍ਰਗਟਾਵਾ ਆਪ ਦੇ ਪ੍ਰਮੁੱਖ ਬਲਵਾਰੇ ਮਾਲਵਿੰਦਰ ਸਿੰਘ ਕਾਂਗਣੇ ਪੱਤਰਕਾਰ ਸੰमेलन ਦੌਰਾਨ ਕੀਤਾ ਕਾਂਗਣੇ ਕਹੇ ਕਿ ਟਰਾਂਸਪੋਰਟ ਮਾਫੀਆ ਤੇ ਕਾਂਗਰਸ ਤੇ ਅਕਾਲੀ ਦਲ ਦਾ ਸ਼ਰੇਆਮ ਕਬਜ਼ਾ ਇਹਨਾਂ ਪਾਰਟੀਆਂ ਦੇ ਆਗੂ ਮਿਲ ਜੁਲ ਕੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਆਪਣੇ ਘਰ ਪਰ ਰੈਨੀ ਨੇ ਨਾ ਸਪਸ਼ਟ ਕਿਹਾ ਹੈ ਕਿ ਕਾਂਗਰਸ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦੀ ਤੁਲਨਾ ਚ ਮਾਨ ਸਰਕਾਰ ਦੇ 2 ਟਾਈ ਮਹੀਨਿਆਂ ਦੇ ਸ਼ਾਸਨ ਚ ਉਹ ਟ੍ਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦੀ ਕਾਰਵਾਈ ਦਾ ਅਸਰ ਦਿਖਣ ਲੱਗ ਪਿਆ ਹੈ। ਸਰਕਾਰੀ ਕਰ ਖਾਲੀ ਨਾ ਕਰਨ ਵਾਲੇ ਸਾਬਕਾ ਵਿਧਾਇਕਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੋਟਿਸ ਤੋਂ ਬਾਅਦ ਆਪਣੀ ਸਰਕਾਰੀ ਰਹਿਸ਼ ਖਾਲੀ ਨਾ ਕਰਨ ਵਾਲੇ ਪੰਜਾਬ ਦੇ 8 ਸਾਬਕਾ ਵਿਧਾਇਕਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਨੇ ਹਾਲਾਂਕਿ ਸਪੀਕਰ ਨੇ ਥੋੜੀ ਨਰਮੀ ਲੈਂਦੇ ਹੋਇਆ ਅਜੇ ਇਹ ਸਾਬਕਾ ਵਿਧਾਇਕਾਂ ਨੂੰ ਇੱਕ ਹੋਰ ਨੋਟਿਸ ਭੇਜਣ ਲਈ ਵੀ ਕਿਹਾ ਹੈ ਜਿਸ ਤਹਿਤ ਉਹਨਾਂ ਨੂੰ ਸਰਕਾਰੀ ਰਹਿائش ਖਾਲੀ ਕਰਨ ਲਈ 15 ਦਿਨ ਦਾ ਹੋਰ ਸਮਾਂ ਮਿਲੇਗਾ ਜੇਕਰ ਸਾਬਕਾ ਵਿਧਾਇਕਾਂ ਨੇ ਇਹਨਾਂ 15 ਦਿਨਾਂ ਵਿੱਚ ਸਰਕਾਰੀ ਰਹਿائش ਨੂੰ ਖਾਲੀ ਕੀਤੀ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਬਕਾ ਵਿਧਾਇਕਾਂ ਦੇ ਰਵੱਈਏ ਤੋਂ ਨਾਖੁਸ਼ੀ ਜ਼ਾਹਰ ਕਰਦੇ ਸਪੀਕਰ ਨੇ ਇਸ ਨੂੰ ਸਰਕਾਰੀ ਜਾਇਦਾਦ ਤੇ ਨਜਾਇਜ਼ ਕਬਜ਼ਾ ਕਰਾਰ ਦਿੰਦਿਆਂ ਇਸ ਦੋਸ਼ ਤਹਿਤ ਕੇਸ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਵਿਕਰਮ ਮਜੀਠੀਆ ਕੁਲਬੀਰ ਜੀਰਾ ਗੁਰਪ੍ਰਤਾਵ ਡਾਲਾ ਗੁਰਪ੍ਰੀਤ ਜੀਪੀ ਸਤਕਾਰਕੌਰ ਅੰਗਤ ਸਿੰਘ ਸੁਖਪਾਲ ਪੁੱਲ ਰਮਿੰਦਰ ਆਮਲਾ ਨੇ ਆਪਣੀ ਸਰਕਾਰੀ ਰਹਿਸ਼ਨ ਨਹੀਂ ਛੱਡੀ ਵਿਧਾਇਕ ਦੀ ਸਲਾਹ ਸ਼ਰਾਬ ਸਸਤੀ ਹੋਣ ਨਾਲ ਪਵਿੱਤਰ ਉਦੀਏ ਵਾਲਨਾ ਤੁਰਪਿਓ ਨਾਲ ਅੰਡਾਪੁਰ ਦੀ ਵੀ ਖਾਇਓ 1 ਜੁਲਾਈ ਤੋਂ ਪੂਰੇ ਸੂਬੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਲੱਗ ਹੋਵੇਗੀ ਨਵੀਂ ਐਕਸਾਈਜ਼ ਪਾਲਿਸੀ ਤਹਿਤ ਪੰਜਾਬ ਦੀ ਸਰਕਾਰ ਆਪ ਦੀ ਕੀਮਤ ਵੀ ਫੀਸਦੀ ਤੱਕ ਸਸਤੀ ਹੋ ਰਹੀ ਹੈ ਫਰੀਦਕੋਟ ਤੋਂ ਵਿਧਾਇਕ ਗੁਰਦੇਤ ਸਿੰਘ ਸੇਖੋ ਠੇਕੇ ਤੋਂ ਸ਼ਰਾਬ ਖਰੀਦ ਰਹੇ ਲੋਕਾਂ ਨੂੰ ਵੇਖ ਇੱਕ ਗੱਡੀ ਤੋਂ ਥੱਲੇ ਉਤਰੇ ਤੇ ਉਤਰ ਕੇ ਠੇਕੇ ਵੱਲ ਤੁਰ ਪਏ ਸ਼ਰਾਬ ਖਰੀਦ ਰਹੇ ਲੋਕਾਂ ਨੂੰ ਸਲਾਹ ਦਿੱਤੀ ਸੇਖਣ ਗਿਆ ਕਿ ਸ਼ਰਾਬ ਸਸਤੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਵੇ ਤੋਂ ਅਧਿਏ ਤੇ ਆ ਜਾਓ ਹੁਣ ਨਾ ਲੰਡਾਪੁਰ ਦੀ ਵੀ ਖਾਓ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਠੇਕੇ ਤੇ ਭੀੜ ਦੇਖ ਕੇ ਲੋਕਾਂ ਨਾਲ ਗੱਲਬਾਤ ਕਰਨ ਲਈ ਚਲੇ ਗਏ ਗੱਲਬਾਤ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਉਹ ਪਵੇ ਤੋਂ ਅਧਿਏ ਤੇ ਆਉਣ ਦੀ ਬਜਾਏ ਹੁਣ ਘਰ ਤੋਂ ਫਰੂਟ ਅਤੇ ਸਬਜ਼ੀਆਂ ਲੈ ਕੇ ਜਾਣ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਵਾਲਾ ਹੈ ਇੱਕ ਹਫਤਾ ਪਹਿਲਾਂ ਹੀ ਇਸ ਵਿਅਕਤੀ ਨੂੰ ਮਿਲੀ ਸੀ ਜਾਣਕਾਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਨਵੇਂ ਖੁਲਾਸੇ ਕਰ ਰਹੀ ਹੈ ਜੀ ਮਹਾਕਾਲ ਨਾਂ ਦੇ ਆਪਰਾਧੀ ਨੇ ਦਾਵਾ ਕੀਤਾ ਕਿ ਇੱਕ ਹਫਤਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੂਸੇਵਾਲੇ ਦਾ ਕਤਲ ਹੋਣ ਵਾਲਾ ਦੱਸਤੀਆ ਮਹਾਕਾਲ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਦਿਨ ਪਹਿਲਾਂ ਉਸਨੇ ਦੱਸਿਆ ਕਿ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਪਬਲਿਸਿਟੀ ਲਈ ਧਮਕੀ ਦਿੱਤੀ ਲੈ ਕੇ ਹਸੀ ਮਹਾਕਾਲ ਨੂੰ ਪੁਨੇ ਪੁਲਿਸ ਨੇ ਮੂਸੇਵਾਲਾ ਦੇ ਕਤਲ ਤੋਂ ਇੱਕ ਹਫਤੇ ਬਾਅਦ ਗ੍ਰਿਫਤਾਰ ਕੀਤਾ ਦੱਸਿਆ ਗਿਆ ਕਿ ਮਹਾਕਾਲ ਵੀ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਣਾ ਤੇ ਮੋਬਾਈਲ ਕ੍ਰਾਈਮ ਬ੍ਰਾਂਚ ਪੁਲਿਸ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਉਸ ਤੋਂ ਪੁੱਛਗਿੱਛ ਕੀਤੀ ਸੀ ਇਸ ਦੇ ਨਾਲ ਹੀ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਦਿੱਲੀ ਪੁਲਿਸ ਤੇ ਸਪੈਸ਼ਲ ਸੈੱਲਾਂ ਤੇ ਪੰਜਾਬ ਪੁਲਿਸ ਦੀ ਟੀਮ ਨੇ ਸਵਾਲ ਜਵਾਬ ਕੀਤੇ ਨੇ ਮਹਾਕਾਲ ਨੇ ਇਸ ਕਤਲੇਆਮ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਪਰ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਉਸ ਨੂੰ ਪਤਾ ਸੀ ਕਿ ਮੂਸੇਵਾਲੇ ਦਾ ਕਤਲ ਹੋਣ ਵਾਲਾ ਕਿਉਂਕਿ ਕੈਨੇਡਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਚਲਾ ਰਹੇ ਬਰਾੜ ਨੇ ਮੂਸੇਵਾਲ ਨਾਲ ਕਈ ਵਾਰ ਗੱਲਬਾਤ ਕੀਤੀ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਹਾਕਾਲ ਮੂਸੇਵਾਲ ਦੇ ਕਤਲ ਦੀ ਤਰੀਖ ਤੋਂ ਇੱਕ ਹਫ਼ਤਾ ਪਹਿਲਾਂ 29 ਮਈ ਨੂੰ ਬਰਾੜ ਦੇ ਸੰਪਰਕ ਵਿੱਚ ਸੀ ਮੂੰਗੀ ਦੀ ਫਸਲ ਤੇ ਐਮਐਸਪੀ ਹੋਣ ਦੇ ਬਾਵਜੂਦ ਕਿਸਾਨ ਹੋ ਰਹੇ ਨੇ ਪਰੇਸ਼ਾਨ ਮੂੰਗੀ ਦੀ ਫਸਲ ਉੱਪਰ ਦਿੱਤੀ ਗਈ ਐਮਐਸਪੀ ਤੋਂ ਬਾਅਦ ਵੀ ਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਨੇ ਮੰਡੀ ਦੇ ਵਿੱਚ ਪਰੇਸ਼ਾਨ ਹੋਣਾ ਪੈ ਰਿਹਾ ਜੀ ਕਿਸਾਨਾਂ ਦਾ ਕਹਿਣਾ ਸਰਕਾਰ ਵੱਲੋਂ ਭਾਵੇਂ 7257 ਰੁਪਏ ਉੱਪਰ ਮੂੰਗੀ ਦੀ ਫਸਲ ਐਮਐਸਪੀ ਦਿੱਤੀ ਗਈ ਆ ਪਰ ਮੰਡੀ ਵਿੱਚ ਜਦੋਂ ਫਸਲ ਲੈ ਕੇ ਜਾਂਦੇ ਨੇ ਤਾਂ ਖਰੀਦ ਏਜੰਸੀਆਂ ਵੱਲੋਂ ਗਰਦਾਬਰੀ ਦੀ ਮੰਗ ਕੀਤੀ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਾਣੀ ਨੇ ਕਿਹਾ ਭਾਵੇਂ ਸਰਕਾਰ ਵੱਲੋਂ ਮੂੰਗੀ ਦੀ ਫਸਲ ਉੱਪਰ ਐਮਐਸਪੀ ਦਾ ਭਾਅ ਦਿੱਤਾ ਗਿਆ ਪਰ ਖਰੀਦ ਏਜੰਸੀਆਂ ਵੱਲੋਂ ਲਗਾਤਾਰ ਗਰਦਾਬਰੀ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਪਟਵਾਰੀਆਂ ਵੱਲੋਂ ਗਰਦਾਵਰੀ ਨੂੰ ਲੈ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਚੋਣਾਂ ਮਮਤਾ ਨੇ ਸੰਭਾਲਿਆ ਮੋਰਚਾ 15 ਜੂਨ ਨੂੰ ਦਿੱਲੀ ਚ ਵਿਰੋਧੀ ਧਿਰ ਦੀ ਐਮ ਬੈਠਕ ਰਾਸ਼ਟਰਪਤੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ 15 ਜੂਨ ਨੂੰ ਨਵੀਂ ਦਿੱਲੀ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੇ ਵਿਰੋਧੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਇਹ ਮੀਟਿੰਗ ਕਨਸਟੀਚਿਊਸ਼ਨ ਕਲੱਬ ਦੇ ਵਿੱਚ ਹੋਵੇਗੀ ਉਹਨਾਂ ਦੇ ਵਿਰੋਧੀ ਧਿਰ ਸដ្ឋ ਵਰਕਵਕ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ 22 ਨੇਤਾਵਾਂ ਨੂੰ ਪੱਤਰ ਭੇਜਿਆ ਗਿਆ ਹੈ। ਇਸ ਦੇ ਵਿੱਚ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ Rao, ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧ ਬਠਾਕਰੇ ਨੂੰ ਸ਼ਾਮਲ ਹੋਣ ਲਈ ਪੱਤਰ ਭੇਜਿਆ ਹੈ। ਸਾਬਕਾ ਪ੍ਰਧਾਨ ਮੰਤ ਪੁਰ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੀਆਂ ਵਧੀਆਂ ਮੂਸਲਾ ਟੈਂਡਰ ਚੋ ਕਪੜੇ ਦੇ ਲੱਗੇ ਇਲਜ਼ਾਮ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਿਲਧੀਆਂ ਤੋਂ ਬਾਅਦ ਵਿਜੀਲੈਂਸ ਨੇ ਸਾਬਕਾ ਕਰਾਕਰ ਤੇ ਸਪਲਾਈ ਮੰਤਰੀ ਭਾਰਤ ਪੂਸ਼ਨ ਆਸ਼ੂ ਖਲਾ ਫਾਈਰ ਦਰਜ ਕਰ ਸਕਦੀ ਹੈ ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਤੇ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਐਸਐਸਪੀ ਪੱਧਰ ਤੇ ਅਧਿਕਾਰੀ ਨੂੰ ਸੌਂਪੀ ਹੈ ਅਕਾਲ ਤਖਤ ਨੂੰ ਜਥੇਦਾਰੀ ਦਾ ਤਖਤ ਨਾ ਬਣਾਓ ਇਹ ਪੰਥ ਦੇ ਤਖਤ ਵਜੋਂ ਹਿੰਦ ਦੇਸ਼ ਵਿੱਚ ਆਇਆ 6 ਜੂਨ ਦਾ ਸੰਦੇਸ਼ ਸੁਣ ਕੇ ਕਾਫੀ ਹੈਰਾਨ ਹੋਇਆ ਮੇਰਾ ਦਿਲ ਨਹੀਂ ਕਰਦਾ ਕਿ ਗੱਲ ਦੀ ਉਲੋਚਨਾ ਕਰਾਂ ਪਰ 1984 ਦਾ ਬੜਾ ਭਿਆੰਕਰ ਸਮਾਂ ਵੇਖਿਆ ਉਸ ਸਮੇਂ ਹੋਰ ਕਈ ਕਾਰਨਾਂ ਦੇ ਵਿੱਚ ਛੁਪੇ ਹੋਏ ਹਰ ਲੀਡਰ ਨੂੰ ਅਕਾਲ ਤਖਤ ਤੋਂ ਮਨਮਰਜ਼ੀ ਦਾ ਐਲਾਨ ਕਰ ਜਾਇਆ ਕਰਦਾ ਸੀ ਦਾਅਵਾਇ ਕਰਦਾ ਸੀ ਜੋ ਕਿਹਾ ਉਹ ਪੰਥ ਦਾ ਐਲਾਨ ਹੈ ਸੋ ਪੰਥ ਉਦੋਂ ਵੀ ਤੇ ਅੱਜ ਵੀ ਕਿਸੇ ਸਾਂਝੀ ਸੋਚ ਦਾ ਨਾਂ ਨਹੀਂ ਰਹਿ ਗਿਆ ਸਗੋਂ ਅੱਜ ਕੋਈ ਵੀ ਅਕਾਲ ਤਖਤ ਤੇ ਚੜ ਕੇ ਬੋਲਣ ਦੀ ਤਾਕਤ ਰੱਖਦਾ ਤੇ ਉਹ ਆਪਣੀ ਗੱਲ ਪੰਥ ਦੇ ਗੱਲ ਵਿੱਚ ਮੜ ਕੇ ਚਲੇ ਜਾਂਦਾ ਤੇ ਮਨਮਰਜ਼ੀ ਦਾ ਐਲਾਨ ਕਰ ਜਾਂਦਾ ਹੈ ਸਪੋਕਸਮੈਨ ਦੇ ਪੁਰਾਣੇ ਪਰਚੇ ਅਨੁਸਾਰ ਮੇਰੀ ਜਨਤਾ ਵਾਰ-ਵਾਰ ਦੁਹਰਾਉਂਦੇ ਵੇਖੀ ਜਾ ਰਹੀ ਹੈ ਸੋ ਪੰਥ ਨੂੰ ਸੁਪਰੀਮ ਰੱਖੋ ਵਿਅਕਤੀ ਨੂੰ ਸੁਪਰੀਮ ਨਾ ਬਣਾਓ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੋਨੀਆ ਰਾਹੁਲ ਨੂੰ ਈਡੀ ਦੇ ਨੋਟਿਸ ਖਿਲਾਫ ਦੇਸ਼ ਭਰ ਚੋਂ ਕਾਂਗਰਸ ਦੀ ਪ੍ਰੈਸ ਕਾਨਫਰੰਸ ਪਰਦਰਸ਼ਨ ਦੀ ਤਿਆਰੀ ਨੈਸ਼ਨਲ ਹਾਰਡਲ ਮਾਮਲੇ ਦੇ ਵਿੱਚ ਜੀਡੀ ਨੇ ਕਈ ਵਾਰ ਸੋਨੀਆਂ ਤੇ ਰਾਹੁਲ ਗਾਂਧੀ ਨੂੰ ਸੰਮਨ ਭੇਜਨੇ ਹੁਣ ਕਾਂਗਰਸ ਇਸ ਮੁੱਦੇ ਤੇ ਦੇਸ਼ ਭਰ ਚ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਕਾਂਗਰਸ ਨੇ ਸਬੰਧੀ ਕਈ ਤਿਆਰੀਆਂ ਵੀ ਕਰ ਲਈਆਂ ਨੇ ਜਿਸ ਦੇ ਵਿੱਚ ਜੀਡੀ ਦਫ਼ਤਰ ਦੇ ਤੱਕ ਰੋਸ ਪ੍ਰਦਰਸ਼ਨ ਮਾਰਚ ਵੀ ਸ਼ਾਮਲ ਹੈ ਵੱਖ-ਵੱਖ ਰਾਜਾਂ ਵਿੱਚ ਪਾਰਟੀ ਦੇ ਸਾਰੇ ਆਗੂਆਂ ਨੂੰ ਪ੍ਰੈਸ ਕਾਨਫਰੰਸ ਦੀ ਜ਼ਿੰਮੇਵਾਰੀ ਸੌਂਪੀ ਗਈ ਇਸ ਤਰ੍ਹਾਂ ਸਾਰੇ ਕਾਂਗਰਸੀ ਆਗੂ ਸਰਕਾਰੀ ਏਜੰਸੀਆਂ ਦੀ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਹਮਲਾਵਰ ਰਹਿਣਗੇ ਪੰਜਾਬ ਦੇ ਵਿੱਚ ਨਸ਼ੇ ਲਈ ਪੈਸੇ ਨਾ ਦੇਣ ਤੇ ਦਾਦੀ ਨੂੰ ਕੁੱਟ-ਕੁੱਟ ਕੇ ਮਾਰਿਆ ਨੌਜਵਾਨ ਨੇ ਸਾਰੀਆਂ ਹਾਦਾਂ ਕੀਤੀਆਂ ਪਾਰ ਗਰਦਾਸਪੁਰ ਤੋਂ ਖਬਰ ਆ ਦਿੱਤੇ ਸੂਬੇ ਦੇ ਵਿੱਚ ਨਸ਼ਿਆਂ ਦੀ ਲਈ ਆਪਣਾ ਖੂਨ ਵਹਾਉਂਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸਨਿਚਰਵਾਰ ਨੂੰ ਇੱਕ ਹੋਰ ਪਰਿਵਾਰ ਇਸ ਦੀ ਲਪੇਟ ਵਿੱਚ ਆ ਗਿਆ ਮਾਮਲਾ ਕਾਦੀਆਂ ਉਧਾਨ ਸਭਾ ਹਲਕੇ ਦੇ ਪਿੰਡ ਨੱਥੂਪੁਰ ਦਾ ਹੈ ਜਿੱਥੇ ਐ ਨਸ਼ੇ ਲਈ ਪੈਸੇ ਨਾ ਮਿਲਣ ਤੇ ਨਸ਼ੇੜੀ ਨੌਜਵਾਨ ਨੇ ਰਿਸ਼ਤੇਦਾਰੀ ਚੋਂ ਦਾਦੀ ਲੱਗਦੀ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ ਪੁਲਿਸ ਨੇ ਮੋਲਜਮ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਹਿੰਦਰ ਕੌਰ ਦੂਰ ਦੀ ਰਿਸ਼ਤੇਦਾਰੀ ਵਿੱਚ ਮੋਲਜਮ ਦੀਪ ਸਿੰਘ ਦੀ ਦਾਦੀ ਲੱਗਦੀ ਸੀ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਐਲਾਨ ਦੇਸ਼ਪਰ ਦੇ ਵਿੱਚ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਚੰਨ ਕਿਸਾਨ ਲਹਿਰ ਨੂੰ ਏਕਤਾ ਦੀ ਲੜੀ ਵਿੱਚ ਬੰਨਨ ਦੀਆਂ ਯਤਨਾਂ ਦੇ ਵਿੱਚ ਲੱਗੀਆਂ 16 ਕਿਸਾਨ ਜਥੇਬੰਦੀਆਂ ਦੇ ਯਤਨਾਂ ਨੂੰ ਬੂਰ ਪੈ ਰਿਹਾ ਜੇ ਪੰਜਾਬ ਦੀਆਂ 6 ਹੋਰ ਕਿਸਾਨ ਜਥੇਬੰਦੀਆਂ ਨੇ 16 ਦੇ ਸਾਂਝੇ ਥੜੇ ਨਾਲ ਮਿਲ ਕੇ ਸਾਂਝੇ ਸੰਘਰਸ਼ ਵਿੱਚ ਹਿੱਸਾ ਪਾਉਣਾ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਕੁੱਲ ਮਿਲਾ ਕੇ 22 ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਾਅਦੇ ਮੁਤਾਬਕ ਮੰਡੀਆਂ ਦੇ ਵਿੱਚ ਆਰੀ ਮੂੰਗੀ ਅਤੇ ਮੱਕੀ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਸਸਤੀ ਸ਼ਰਾਬ ਦਾ ਫਾਇਦਾ ਮਾਨ ਨਹੀਂ ਹੋਵੇਗਾ ਬਾਦਲ। ਸੰਗਰੂਰ ਲੋਕ ਸਭਾ ਜਿਮਣੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਥਕ ਤਰ੍ਹਾਂ ਦੇ ਸਾਂਝੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੂ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਵਾਨੀਗੜ੍ਹ ਪੁੱਜੇ ਇਸ ਦਰਾਂ ਨੂੰ ਉਹਨਾਂ ਨੇ ਕਿਹਾ ਭਗਵੰਤ ਮਾਨ ਦੇ ਵਰਦਿਆਂ ਕਿਹਾ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾਉਂਦੀਆਂ ਅੰਮਗਲ ਕੀਤੀ ਉਹਨਾਂ ਨੇ ਮੁੱਖ ਮੰਤਰੀ ਨੂੰ ਸੂਬੇ ਦੇ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਲਈ ਵੱਡੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਉਹਨਾਂ ਨੇ ਕਿਹਾ ਜੀ ਮੈਨੂੰ ਸਿਕਿਉਰਿਟੀ ਤੋਂ ਬਿਨਾਂ ਬਠਿੰਡਾ ਚੌਂਕ ਵਿੱਚ ਪਹੁੰਚਣ ਲਈ ਲਲਕਾਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਸਰਕਾਰ ਦੇ ਵਿੱਚ 3000 ਸੁਰੱਖਿਆ ਕਰਮੀਆਂ ਲੈ ਕੇ ਚੱਲਦਾ ਉਹਨਾਂ ਨੇ ਤੰਜ ਕੱਸਿਆ ਕਿ ਸ਼ਰਾਬ ਸਸਤੀ ਹੋਣ ਦਾ ਸਭ ਤੋਂ ਵੱਡਾ ਫਾਇਦਾ ਖੁਦ ਭਗਵੰਤ ਮਾਨ ਨੂੰ ਹੋਵੇਗਾ ਉਹਨਾਂ ਅਗਰ ਜੀ ਪੰਜਾਬ ਨੂੰ ਭਗਵੰਤ ਮਾਨ ਨਹੀਂ ਬਲਕਿ ਮੁੱਖ ਮੰਤਰੀ ਰਵਿੰਦ ਕੇਜੜੀਵਾਲ ਚਲਾ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦਾ 4 ਦਿਨ ਦਾ ਰਿਮਾਂਡ ਖੁੱਲੇਗਾ ਹੱਤਿਆकांड ਦੇ ਨਾਲ ਜੁੜੇ ਕਈ ਰਾਜ ਸੂਬਾ ਦੀ ਖਬਰ ਹੈ। ਪੁਲਿਸ ਨੇ ਅਦਾਲਤ ਤੋਂ ਉਸ ਦੇ ਰਿਮਾਂਡ ਦੀ ਮੰਗ ਕੀਤੀ ਪੁਲਿਸ ਨੇ ਦੱਸਿਆ ਕਿ ਕੇਕੜਾ ਇਸ ਹੱਤਿਆकांड ਦਾ ਮੁੱਖ ਕਿਰਦਾਰ ਹੈ ਤੇ ਉਸ ਨੇ ਮੂਸੇਵਾਲਾ ਦੀ ਰੇਕੀ ਕੀਤੀ ਤੇ ਵਿਦੇਸ਼ ਬੈਠੇ ਗੋਲਦੀ ਬਰਾੜ ਨੂੰ ਜਾਣਕਾਰੀ ਦਿੱਤੀ। ਅਕਾਲੀ ਦਲ ਦੇ ਪੋਸਟਰ ਤੇ ਰਾਜੋ ਹਨ ਦੀ ਤਸਵੀਰ ਮਨਜ਼ੂਰੀ ਲਈ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਜਿਮਨੀ ਚੋਣਾਂ ਲਈ ਪਾਰਟੀ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਦਾ ਫੈਸਲੇ ਦੀ ਸਮੀਖਿਆ ਕਰਨ ਲਈ ਮੁੱਖ ਚੋਣ ਅਧਿਕਾਰੀ ਨੂੰ ਅਪੀਲ ਕੀਤੀ ਗਈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਮਾਨ ਨੇ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਕਮਿਸ਼ਨ ਨੇ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ ਦੇ ਇਸ ਆਧਾਰ ਤੇ ਪੋਸਟਰ ਰੱਦ ਕਰ ਦਿੱਤਾ ਕਿ ਇਸ ਨਾਲ ਲੋਕਾਂ ਦੇ ਵਿੱਚ ਬੇਚੈਨੀ ਵਧੇਗੀ ਕਪਲੇ ਦੇ ਇਲਜ਼ਾਮਾਂ ਨਰੇ ਪੰਚਾਇਤੀ ਮੰਤਰੀ ਤੇ ਸਾਬਕਾ ਪੰਚਾਇਤ ਮੰਤਰੀ ਨੂੰ ਠੋਕਵਾਂ ਜਵਾਬ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਤਾਲੀਵਾਲ ਨੇ ਸਾਬਕਾ ਪੰਚਾਇਤ ਮੰਤਰੀ ਉੱਪਰ ਸਰਕਾਰੀ ਜ਼ਮੀਨ ਦੇ ਮਾਮਲੇ 'ਚ ਕਪਲੇ ਦਾ ਇਲਜ਼ਾਮ ਲਾਇਆ ਉਹਨਾਂ ਨੇ ਇਲਜ਼ਾਮ ਤੋਂ ਬਾਅਦ ਸਾਬਕਾ ਪੰਚਾਇਤ ਮੰਤਰੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਠੋਕਵਾਂ ਜਵਾਬ ਦਿੱਤਾ ਕਿ ਉਹ ਜਾਂਚ ਲਈ ਤਿਆਰ ਨੇ ਪਰ ਜਾਂਚ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਗਰੂਰ 'ਚ ਉਹਨਾਂ ਨੂੰ ਲੈ ਕੇ ਰਾਜਨੀਤੀ ਤਹਿਤ ਅਜਿਹੇ ਇਲਜ਼ਾਮ ਲਾਏ ਜਾ ਰਹੇ ਨੇ ਵੀਕੈਂਡ ਤੋਂ ਬਾਅਦ ਵੀ ਬਿਜਲੀ ਸਪਲਾਈ ਚਾਲੂ ਨਹੀਂ ਕਰ ਸਕੇ ਪਾਵਰਕਾਮ ਦੇ ਕਰਮਚਾਰੀ ਅਮਰੀਕਾ ਦੇ ਵਿੱਚ ਮੰਗਾਈ ਦਾ ਕਹਿਰ 4 ਸਾਲਾਂ ਦਾ ਟੁੱਟਿਆ ਰਿਕਾਰਡ ਹਰ ਜ਼ਰੂਰੀ ਚੀਜ਼ ਹੋਈ ਮਹਿੰਗੀ ਸੋ ਮੰਗਾਈ 4 ਦਹਾਕਿਆਂ ਦੇ ਵਿੱਚ ਪੱਧਰ 8.6% ਤੇ ਪਹੁੰਚ ਗਈ ਆ ਮਈ ਮਹੀਨੇ ਤੋਂ ਗੈਸ ਖਾਣ ਪੀਂਦੀਆਂ ਵਸਤੂਆਂ ਤੇ ਜ਼ਿਆਦਾਤਰ ਹੋਰ ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਪੰਜਾਬ ਦੇ ਵਿੱਚ ਆਪਣੇ ਹੀ ਬੁਨੇਜਾਲ ਚ ਫਸੀ ਕਾਂਗਰਸ ਸਾਬਕਾ ਮੰਤਰੀਆਂ ਦੇ ਭ੍ਰੋਸਟਾਚਾਰ ਤੇ ਮਾਮਲੇ ਪਾਰੀ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਦ ਦੀਆਂ ਵਧੀਆਂ ਮੁਸ਼ਕਲਾਂ ਇੱਕ ਹੋਰ ਮਾਮਲੇ ਦੇ ਵਿੱਚ ਫਸ ਗਏ ਨੇ। ਚੰਡੀਗੜ੍ਹ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਉਹਦੇ ਤੋਂ ਅਸਤੀਫਾ ਸੋਏ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ। ਰਾਜ ਸਭਾ ਚੋਣਾਂ ਚ ਜਿੱਤ ਤੋਂ ਬਾਅਦ ਵੀ ਨੁਕਸਾਨ ਕਿ ਭਾਜਪਾ 100 ਦੇ ਅੰਕੜੇ ਤੇ ਪਰਤਾਂ ਲਈ ਹੁਣ ਕਰਨਾ ਪਵੇਗਾ ਇੰਤਜ਼ਾਰ ਰਾਜ ਸਭਾ ਦੀ। ਦੋ ਸਾਲਾਂ ਦੀ ਚੋਣ ਪ੍ਰਕਿਰਿਆ ਲਈ 57 ਸੀਟਾਂ ਦੇ ਕਰਵਾਈ ਗਈ ਸ਼ੁੱਕਰਵਾਰ ਨੂੰ ਚੋਣਾਂ ਦੇ ਵਿੱਚ ਆਖਰੀ ਦਿਨ ਸੀ ਦਰਅਸਲ 57 ਵਿੱਚੋਂ 41 ਸੀਟਾਂ ਪਿਛਲੇ ਸਮੇਂ ਵਿੱਚ ਬਿਨਾਂ ਮੁਕਾਬਲਾ ਚੁਣੀਆਂ ਗਈਆਂ ਜਦ ਤੱਕ ਸ਼ੁੱਕਰਵਾਰ ਨੂੰ ਚਾਰ ਰਾਜਾਂ ਦੀਆਂ 16 ਸੀਟਾਂ ਤੇ ਮੈਂਬਰਾਂ ਦੀ ਚੋਣ ਲਈ ਬੋਡਿੰਗ ਪ੍ਰਕਿਰਿਆ ਹੋਈ ਨਤੀਜੇ ਸ਼ੁੱਕਰਵਾਰ ਦੇਰ ਰਾਤ ਨੂੰ ਜਾਰੀ ਕੀਤੇ ਗਏ ਇਹਨਾਂ 16 ਸੀਟਾਂ ਤੇ ਭਾਜਪਾ ਨੇ 8 ਸੀਟਾਂ ਜਿੱਤੀਆਂ ਜਿਸ ਤੋਂ ਦੋ ਭਾਜਪਾ ਦੀ ਚਿੱਤ ਅਨਕਿਆਸੀ ਰਹੀ ਹੈ ਪਰ ਸ਼ੁੱਕਰਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਭਾਜਪਾ ਨੂੰ ਇਸ ਰਾਜ ਸਭਾ ਦੇ ਅੰਦਰ ਭਾਰੀ ਨੁਕਸਾਨ ਹੋਇਆ ਹੈ ਗੈਟਾਨੇ ਵਿੱਚ ਲੰਬੇ ਸਮੇਂ ਤੱਕੋ ਥਾਂ ਤੇ ਪਾਈਆਂ ਨਰਮੇ ਤੇਕ ਬਾਦ ਦੀਆਂ ਛਟੀਆਂ ਨੂੰ 5 ਦਿਨਾਂ ਦੇ ਅੰਦਰ ਸਾੜਨ ਦੇ ਹੁਕਮ ਸੋ ਵੱਡੀ ਕਵਰ ਨਿਕਲ ਕੇ ਸਾਹਮਣੇ ਆ ਰਹੀ ਹੈ। ਪੰਜਾਬ ਦੇ ਵਿੱਚ ਨਸ਼ਾ ਛੱਡਣ ਵਾਲਿਆਂ ਨੂੰ ਮਿਲ ਰਿਹਾ ਰੁਜ਼ਗਾਰ ਫਿਰੋਜ਼ਪੁਰ ਤੋਂ ਹੋ ਗਈ ਹੈ ਸ਼ੁਰੂਆਤ। ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਕਾਂਗਰਸੀ ਕੌਂਸਲਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ ਮੁੰਡੇ ਨੇ ਗੋਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕਤਲ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਚ ਉਸ ਸਮੇਂ ਸਰਸਰੀ ਫੈਲ ਗਈ ਜਦੋਂ ਮੌਜੂਦਾ ਕਾਂਗਰਸੀ ਕਾਉਂਸਲਰ ਦੇ ਪੁੱਤਰ ਚਰਨਦੀ ਬਾਬੇ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਗੁਰ ਪ੍ਰਤਾਪ ਰਾਜਾ ਦੇ ਵਜੋਂ ਹੋਈ ਆ ਘੜਨਾ ਚ ਮ੍ਰਿਤਕ ਦਾ ਇੱਕ ਸਾਥੀ ਵੀ ਜ਼ਖਮੀ ਹੋ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 15 ਤੋਂ ਪੂਰੇ ਪੰਜਾਬ ਚ ਹੋਣਗੀਆਂ ਗ੍ਰਾਮ ਸਭਾਵਾਂ ਹਰੇਕ ਪਿੰਡ ਦੇ ਵਿਕਾਸ ਲਈ ਗ੍ਰਾਮ ਸਭਾਵਾਂ ਵਿੱਚ ਭਾਈਵਾਲ ਹੋਣ ਲੋਕ ਖੇਤਰੀ ਪਾਸਪੋਰਟ ਅਧਿਕਾਰੀ ਵੱਲੋਂ ਪੀਸੀਸੀ ਐਸਐਮ ਅਪਾਇੰਟਮੈਂਟ ਕੋਟਾ ਰਜਨਾ 600 ਕੀਤੇ ਨਾਲ ਜਾਣ ਨਾਲ ਵੱਡੀ ਰਾਹਤ ਮਿਲੇਗੀ ਲੋਕਾਂ ਨੂੰ ਦੋਸਤੋ ਇਹ ਸੰਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ